ਪਿਆਰੇ ਦੋਸਤੋ ਪੇਸ਼ ਹੈ ਸਤੀਸ਼ ਠੁਕਰਾਲ ਸੋਨੀ ਦੀ ਕਵਿਤਾ ਮੁਹੱਬਤ ਕੀ ਦੱਸਾਂ ਕਿਉਂ ਇੰਨਾ ਪਿਆਰ ਹੈ ਉਹਦੇ ਲਈ ਮਨ ਵਿੱਚ ਕੋਈ ਕਾਰਨ ਵੀ ਤਾਂ ਨਹੀਂ ਹੈ ਉੰਜ ਕਾਰਨ ਹੋ ਵੀ ਨਹੀਂ ਸਕਦਾ ਮੁਹੱਬਤ ਤਾਂ ਹੁੰਦੀ ਨਿਰਸਵਾਰਥੇ ਬਿਨਾ ਕਿਸੇ ਗਰਜ਼ ਤੋਂ ਬਿਨਾ ਕਿਸੇ ਮਕਸਦ ਤੋਂ ਸੱਚ ਪੁੱਛੋ ਕਿਸੇ ਨੂੰ ਪਿਆਰ ਕੀਤਾ ਹੀ ਨਹੀਂ ਜਾਂਦਾ ਇਹ ਤਾਂ ਬਸ ਹੋ ਜਾਂਦਾ ਸਹੀ ਵਕਤ ਆਉਣ ਤੇ ਲੇਖਾਂ ਵਿਚਲੇ ਇਨਸਾਨ ਨੂੰ ਮਿਲਣ ਤੇ ਮਾਨ ਵਿੱਚ ਅਚੇਤ ਜਿਹੀਆਂ ਦੱਬੀਆਂ ਤਰੰਗਾਂ ਆਪ ਮੋਹਰੇ ਹੀ ਫੁੱਟ ਪੈਂਦੀਆਂ ਤੇ ਅਚਾਨਕ ਹੀ ਕੋਈ ਨਜ਼ਰਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਫਿਰ ਉਸਦਾ ਹੀ ਖਿਆਲ ਰਹਿੰਦਾ ਚੱਤੇ ਪਹਿਰ ਤੇ ਉਹੀ ਦਿਸਦਾ ਚਾਰ ਚੁਫੇਰੇ ਕਲੀਆਂ ਖਿੜਨ ਲੱਗ ਪੈਂਦੀਆਂ ਕੋਇਲਾ ਕੂਕਣ ਲੱਗ ਪੈਂਦੀਆਂ ਸ਼ਬਨਮ ਦੀਆਂ ਬੂੰਦਾਂ ਫੁੱਲਾਂ ਉੱਤੇ ਉਤਰ ਆਉਂਦੀਆਂ ਸੁਗੰਧਤ ਹੋ ਜਾਂਦਾ ਆਲਾ ਦਵਾਲਾ ਮਨਫੀ ਹੋ ਜਾਂਦੇ ਸਭ ਸਵਾਲ ਜਵਾਬ ਇੱਕ ਅਨੰਤ ਦਾ ਬੂਹਾ ਖੁੱਲ ਜਾਂਦਾ ਦਿਸ ਹਦਿਆਂ ਤੇ ਡੁੱਬਦਾ ਸੂਰਜ ਰੌਸ਼ਨੀ ਉਜਵਲ ਕਰਦਾ ਸੁੰਦਰਤਾ ਸਧਾਰਨਤਾ ਆਸਧਾਰਨਤਾ ਜਿਹੇ ਵਿਸ਼ੇਸ਼ਣ ਬੇਮਾਇਨੇ ਹੋ ਜਾਂਦੇ ਮਿਟ ਜਾਂਦਾ ਸਵੈ ਦਾ غرور ਸਮਰਪਿਤ ਹੋ ਜਾਂਦਾ ਵਜੂਦ ਰਮ ਜਾਂਦਾ ਮਨ ਪਿਆਰੇ ਦੇ ਮਨ ਵਿੱਚ ਇਬਾਦਤ ਹੋ ਜਾਂਦਾ ਮਹਿਬੂਬ ਦਾ ਤਸਵਰ ਤਰਨਮਈ ਹੋ ਜਾਂਦੀ ਕਾਇਨਾਤ ਇਕ ਹੋ ਜਾਂਦਾ ਕਾਜੀ ਤੇ ਕਾਬਾ ਫਿਰ ਭਾਵੇਂ ਉਮਰ ਲੰਘ ਜਾਵੇ ਕਾਰ ਨਹੀਂ ਥਿਆਉਂਦਾ ਤੇ ਉਹਦਾ ਦਰ ਹੀ ਬੁੱਤਖਾਨਾ ਹੋ ਜਾਂਦਾ ਤੇ ਬਸ ਕੁਝ ਏਦਾਂ ਦਾ ਹੀ ਵਾਪਰ ਰਿਹਾ ਮੇਰੇ ਨਾਲ ਇਹੀ ਮੇਰਾ ਸੱਚ ਹੈ ਇਹੀ ਮੇਰਾ ਹਾਸਲ ਹੈ ਇਹੀ ਮੇਰਾ ਇਸ਼ਕ ਹੈ ਕੀ ਦੱਸਾਂ ਕਿਉਂ ਇੰਨਾ ਪਿਆਰ ਹੈ ਉਹਦੇ ਲਈ ਮਨ ਵਿੱਚ ਯਕੀਨ ਮੰਨਿਓ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਧੰਨਵਾਦ